ਵਾਲੇਕੁਮ ਵਾਲੇਕੁਮ ਸਲਾਮ ਜੀ ਭਾਈ ਜਨ ਕੀ ਨਾਮ ਹੈ ਤੁਹਾਡਾ ਮੁਹੰਮਦ ਵਾਰਸ ਮੁਹੰਮਦ ਵਾਰਸ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਜਾਨਵਰ ਅਗਰ ਪਾਲੀਏ ਤੇ ਮੱਜਾਂ ਔਰ ਗਾਵਾਂ ਦਾ ਫਰਕ ਦੱਸ ਰਹੇ ਹੋ ਹਾਂਜੀ ਇੱਕ ਵਾਰੀ ਫੇਰ ਸਾਨੂੰ ਕਲੀਅਰ ਕਰਿਓ ਕਿ ਜਿਹੜੇ ਲੋਕ ਡੇਰੀ ਫਾਰਮ ਖੋਲਦੇ ਨੇ ਉਹਨਾਂ ਦੇ ਡੇਰੀ ਫਾਰਮ ਫਲਾਪ ਕਿਉਂ ਹੁੰਦੇ ਨੇ ਫਲਾਪ ਇਸੇ ਵਜ੍ਹਾ ਤੋਂ ਹੁੰਦੇ ਨੇ ਇੱਥੇ ਪਾਕਿਸਤਾਨ 'ਚ ਗਾਵਾਂ ਦਾ ਦੁੱਧ ਹੀ ਨਹੀਂ ਵਿਕਦਾ ਸਹੀ ਹੈ ਬਾਹਰ ਦੇ ਮੁਲਕਾਂ 'ਚ ਬਾਹਰ ਦੇ ਮੁਲਕਾਂ 'ਚ ਤਾਂ ਮੱਜਾਂ ਹੈ ਨਹੀਂ ਉੱਥੇ ਤੇ ਮਤਲਬ ਗਾਵਾਂ ਦੇ ਦੁੱਧ ਚੱਲਦਾ ਉਹ ਤੇ ਆਲਰੇਡੀ ਉਹ ਲੋਕਾਂ ਗਾਵਾਂ ਦਾ ਹੀ ਪੀਣਾ ਸਹੀ ਹੈ ਇੱਥੇ ਜਿਹਨੂੰ ਮੱਝ ਦਾ ਲੱਭੇ ਉਹਨੂੰ ਗਾਂ ਦਾ ਲੈਣ ਦੀ ਕਿਹੜੀ ਜ਼ਰੂਰਤ ਠੀਕ ਹੋ ਗਿਆ ਮੱਝ ਦਾ ਦੁੱਧ ਜਿਹੜਾ ਉਹਦੇ ਵਿੱਚ ਮਤਲਬ ਕਿਲੋ ਲਾਓ ਨਾ ਤੇ ਡੇਢ ਕਿਲੋ ਪਾਣੀ ਵਿੱਚ ਪਾ ਲੋ ਨਾ ਫੇਰ ਵੀ ਮਤਲਬ ਗਾਂ ਦੇ ਦੁੱਧ ਨਾਲ ਉਹ ਅੱਛਾ ਨਜ਼ਰ ਆਉਂਦਾ ਸਹੀ ਹੈ ਯਾਨੀ ਕਿ ਅੱਧੋ-ਅੱਧੋ ਫਰਕ ਹੈ ਅੱਧੋ-ਅੱਧੋ ਫਰਕ ਤੇ ਜਿਆਦਾਤਰ ਇੱਥੇ ਚਲੋ ਗਾਂ ਦਾ ਦੁੱਧ ਤਾਂ ਨਾ ਕੋ ਰੇਟ ਪੜਦਾ ਅੱਛਾ ਤੇ ਨਾ ਮਤਲਬ ਕੋਈ ਲੈਂਦਾ ਇਤਨਾ ਹੂੰ ਇਹ ਹੈ ਵੀ ਜਿਹਦੇ ਕੋ ਮੱਜਾਂ ਰੱਖਿਆ ਨੇ ਵਿੱਚ ਇੱਕ ਅੰਦੀਆਂ ਨੇ ਗਾਂ ਰੱਖੀ ਐ ਵਿੱਚ ਮਿਕਸ ਕਰਕੇ ਮਤਲਬ ਉਹ ਦਿੰਦਾ ਤੇ ਖੜਨ ਵਾਲਾ ਵੀ ਲਾਈ ਜਾਂਦਾ ਸਹੀ ਹੋ ਗਿਆ ਤੇ ਗਾਵਾਂ ਜਿਹੜੀਆਂ ਨੇ ਤੁਹਾਂ ਦੇਸੀ ਗਾਵਾਂ ਰੱਖੀਆਂ ਨੇ ਹਾਂਜੀ ਕੀ ਗੱਲ ਤੁਹਾਂ ਬਿਲਾਤੀ ਕਿਉਂ ਰੱਖੀਆਂ ਇਹਨਾਂ ਦਾ ਫਾਇਦਾ ਬਹੁਤ ਹੈ ਉਹ ਕਿਸ ਤਰ੍ਹਾਂ ਇਹਨਾਂ ਦੇ ਬੱਚਿਆਂ ਦਾ ਮਤਲਬ ਰੇਟ ਵੀ ਜ਼ਿਆਦਾ ਲੱਗਦਾ ਜੀ ਬੱਚਾ ਜਵਾਨਵੇਂ ਜਲਦੀ ਹੁੰਦਾ ਹੂੰ ਖਰਚ ਇੱਕ ਮਤਲਬ ਖਰਚਾ ਵੇ ਨਾਲ ਇੱਥੋਂ ਘਾਟੇ ਪਈ ਜਿਹੜੀ ਇੱਕ ਗਾਂ ਜਿਹੜੀ ਬਲੇਤਨ ਬਹੁਤ ਦੁੱਧ ਵਾਲੀ ਗਾਂ ਹੈ ਨਾ ਜੀ ਉਹ 2.5 ਤੋਂ 3 ਲੱਖ ਦੀ ਮਿਲਦੀ ਹੈ ਹੂੰ ਤੇ ਇਹ ਜਿਹੜੀਆਂ ਨਾ 2.5 ਤੋਂ 3 ਲੱਖ ਦੀਆਂ 5 ਮਿਲ ਜਾਂਦੀਆਂ ਨੇ ਉਹ ਤੁਹਾਡੀ ਗੱਲ ਬੜੀ ਜ਼ਬਦਸ ਹੈ ਲੇਕਿਨ ਆ ਤਾਂ ਸੋਕਰ ਦੇ ਖਰਚ ਕਿੰਨਾ ਹੁੰਦਾ ਤੁਹਾਡੇ ਕੋਲ ਜਿਹੜੀ ਇੱਕ ਗਾਂ ਹੈ ਉਹਦੇ ਤੇ ਕਿੰਨਾ ਹਰਚਾਰੇ ਡੇਲੀ ਦਾ ਸਾਡਾ ਤਾਂ ਫਟ ਪੱਠਿਆਂ ਦਾ ਹੀ ਖਰਚ ਹੈ ਬੰਦਾ ਤੇ ਅਸੀਂ ਪਾਉਂਦਾ ਹੀ ਨਹੀਂ ਅੱਛਾ ਮਤਲਬ ਕੋਈ ਦੁੱਧ ਥੋੜਾ ਚੋਲੇ ਦਾ ਹੈ ਕੋਈ ਜਾਵਾਂ ਨੂੰ ਛੜ ਛੜੇ ਦਾ ਤੇ ਵੰਡੇ ਤੋਂ ਬਗੈਰ ਜੇ ਰਵੇ ਕੰਮ ਚੱਲ ਜਾਂਦਾ ਹੈ ਵੰਡੇ ਤੋਂ ਬਗੈਰ ਅੱਛਾ ਹੁਣ ਇਹ ਦੱਸੋ ਕਿ ਵੰਡਾ ਪਾਓ ਤਾਂ ਬਹੁਤ ਅੱਛਾ ਜਿਹੜਾ ਨਾ ਉਹ ਨੁਕਸਾਨ ਦੇ ਤੇ ਹਨ ਨਹੀਂ ਦੁੱਧ ਵੀ ਜ਼ਿਆਦਾ ਗਾਵਾਂ ਦੇਣ ਗਿਆ ਬੱਚੇ ਜ਼ਿਆਦਾ ਦੁੱਧ ਪੀਣਗੇ ਉਹ ਵੀ ਜਲਦੀ ਜਵਾਨ ਹੋਣਗੇ ਸਹੀ ਹੈ ਅੱਛਾ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਮਾਸ਼ਾਅੱਲਾ ਕੋਈ 20 21 ਜਾਨਵਰ ਹਨ ਹੈਂ ਹਾਂਜੀ 20 ਜਾਨਵਰਾਂ ਵਾਸਤੇ ਕਿੰਨੀ ਜਗ੍ਹਾ ਪੈ ਲਈ ਪਠਿਆਂ ਵਾਸਤੇ ਹੋਣੀ ਚਾਹੀਦੀ ਹੈ ਪੱਠਿਆਂ ਵਾਸਤੇ ਲੇਖੋ ਜੀ ਪੈਲੀ ਤੇ ਅਗਰ ਆਪਣੀ ਘੱਟ ਵੀ ਹੋਇਆ ਨਾ ਜੀ ਬੰਦਾ ਠੇਕੇ ਤੇ ਲੈ ਲੈਂਦਾ ਸਹੀ ਹੈ ਠੇਕੇ ਤੇ ਬਾਦ ਕੱਤ ਲੋਕਾਂ ਦੇ ਜੋ ਠੇਕੇ ਤੇ ਮਹਿੰਗੀ ਪੈਂਦੀ ਜਿੰਨੇ ਮਾਰ ਰੱਖਿਆ ਨਾ ਉਹਨੂੰ ਕੋਈ ਮਹਿੰਗੀ ਨਹੀਂ ਇਹ ਵਾਸਤੇ ਨਹੀਂ ਮਹਿੰਗੀ ਭਈ ਉਹ ਪੱਠੇ ਇੱਕ ਕਿਲਾ ਲੈਂਦਾ ਨਾ ਘੱਟ ਤੋਂ ਘੱਟ ਵੀ ਉਹਨੂੰ ਮਤਲਬ 40 ਤੋਂ 50 ਹਜ਼ਾਰ ਦਾ ਕਿਲਾ ਮਿਲੇਦਾ ਹੂੰ ਪੱਠਿਆਂ ਦਾ ਸਹੀ ਹੈ ਪੱਠੇ ਚਾਰ ਲੈਗਾ ਤੇ ਆਪਣੇ ਘਰ ਸਹੀ ਹੈ ਤੇ ਪੈਲੀ ਦਾ ਤਕਰੀਬਨ ਜਿਹੜਾ ਨਾ 30000 ਫਿਰ ਹਾਲ ਠੇਕਾ ਚੱਲਦਾ ਪਿਆ 30 ਤੋਂ 32000 ਠੀਕ ਹੈ ਉਹ 30000 ਕਿਸੇ ਨੂੰ ਦਿੱਤਾ ਹੋਇਆਗਾ ਉਹ ਤੇ ਪੱਠੇ ਚਾਰੇਗਾ ਚਾਰ ਕੇ ਫਿਰ ਬੀਜ ਲੇਗਾ ਸਾਲ ਮਤਲਬ ਸਾਲ ਵਾਸਤੇ ਪੈਲੀ ਉਹਦ ਕਰੇਗੀ ਅਸਰਾ ਮਤਲਬ ਜਿਹੜਾ ਨਾ ਪੈਲਿਓ ਅਗਰ ਕਿਸੇ ਨੂੰ 40000 ਦਾ ਕਿੱਲਾ ਜਾਂ 45000 ਦਾ ਕਿੱਲਾ ਪੱਠਿਆਂ ਦਾ ਲੈ ਲੈਦਾ ਹੂੰ ਤੇ ਉਹ ਅਠਾ ਦਹਾ ਦੇਣਾਂ ਦੇ ਵਿੱਚ ਪੱਠੇ ਚਾਰ ਕੇ ਘਰ ਆ ਜਾਏਗਾ ਸਹੀ ਹੋ ਗਿਆ ਜ਼ਬਰਦਸ ਯਾਨੀ ਇੱਕ ਤਾਂ ਤੁਸੀਂ ਸਕੀਮ ਦਾ ਸੀ ਹੈ ਪਠਿਆਂ ਦੀ ਲੇਕਿਨ ਮੇਰਾ ਸਵਾਲ ਉਥਈਏ ਕਿ ਵਿਹਾਂ ਜਾਨਵਰਾਂ ਵਾਸਤੇ ਕਿੰਨੀ ਪਹਿਲੀ ਹੋਣੀ ਚਾਹੀਦੀ ਹੈ ਵਿਹਾਂ ਕ ਜਾਨਵਰਾਂ ਵਾਸਤੇ ਜਿਹੜੇ ਨਾ 3-4 ਕਿੱਲੇ ਪਾਲੀ ਉਹ ਤਾਂ ਜ਼ਰੂਰੀ ਹੈ ਉਹ ਜ਼ਰੂਰੀ ਹੈ ਅੱਛਾ ਹੁਣ ਕੁਝ ਲੋਕ ਜਿਹੜੇ ਨੇ ਉਹ ਮੁੱਲ ਦੇ ਪਠਿਆਂ ਦੇ ਨੇ ਕਿ ਮਹਿੰਗਾ ਪੈਂਦਾ ਤੁਹਾਡਾ ਵੀ ਨਜ਼ਰੀਆ ਇਹੀ ਹੈ ਕਿ ਮੁੱਲ ਦੇ ਪਠੇ ਮਹਿੰਗੇ ਪੈਂਦੇ ਨੇ ਤੇ ਅਗਰ ਪਹਿਲੀ ਨਹੀਂ ਤਾਂ ਫਿਰ ਮੁੱਲ ਦੇ ਪਠੇ ਨਾ ਲੈ ਜਾਣ ਬਲਕਿ ਪਹਿਲੀ ਠੇਕੇ ਤੇ ਲਈ ਜਾਏ ਤੇ ਠੇਕਾ ਤੇ ਹੋ ਗਿਆ 3000 3000 ਤੇ ਬਾਕੀ ਖਰਚ ਕਿੰਨਾ ਆਏਗਾ ਉੱਤੇ ਬਾਕੀ ਵੀ ਕੋਈ ਚਲੋ 10000 ਤੁਸੀਂ ਲਾ ਲਓ ਪੱਠੇ ਬੀਜ ਨੂੰ 10000 ਖਰਚਾ ਲਾ ਲਓ 12 ਲਈ ਸ਼ਵਾਈਪ ਹੈ ਪਾਣੀ ਛਾਣੀ ਹਾਂ 10 ਨਹੀਂ ਤੇ 15 ਵੀ ਲਾ ਲੀ 15 ਲਾ ਲਓ 20 ਵੀ ਲਾ ਲਓ ਫੇਰ ਵੀ ਫਾਇਦਾ ਸਾਲ ਪੂਰਾ ਕੋਲ ਪੈਲੇ ਰਣੀ 700 ਤੂੰ 600 700 ਤੋਂ ਮਣ ਧੂੜੀ ਮਿਲਦੀ ਜੀ ਉਸੇ ਕਣਕ ਦੇ ਬੀਜ ਜੀ 40 50 ਮਣ ਦਾਣੇ ਵੀ ਆ ਜਾਂਦੇ ਨੇ ਘਰ ਖਾਣ ਲਈ ਤੇ 40 50 ਮਾਣੀ ਧੂੜੇ ਵੀ ਆ ਜਾਂਦੇ ਤੇ 3 4 ਕਿੱਲੇ ਬੀਜੀ ਹੋਏ ਜੀ ਜੀ ਤੇ ਦਾਣੇ ਵੀ ਮਤਲ ਜਿਹੜਾ ਨਾ 100 150 ਮਾਣ ਆ ਗਏ ਧੂੜੀ ਵੀ 150 150 ਮਾਣ ਆ ਗਈ ਜੀ ਗਣਕ ਵੱਡੀ ਜਾਏ ਫਿਰ ਪੱਠੇ ਵੀ ਛੜੋ ਜਿੰਨੇ ਮਰਜੀ ਡੰਗਰ ਨੂੰ ਪਾਓ ਯਾਨੀ ਕਿ ਠੇਕੇ ਤੇ ਪਹਿਲੀ ਲੈ ਕੇ ਤੇ ਫਿਰ ਪੱਠੇ ਬੀਜਣਾ ਅਗਰ ਕਿਸੇ ਕੋ ਨਹੀਂ ਹਾਂਜੀ ਤੇ ਉਹ ਇਹ ਕੰਮ ਕਰ ਸਕਦਾ ਤੇ ਉਂਝ ਮੁੱਲ ਲੈਣਾ ਉਹਨੂੰ ਜਰਾ ਨੁਕਸਾਨ ਹੋਏਗਾ ਤੁਸੀਂ ਬੜੀ ਜ਼ਬਰਦਸਤ ਬੜੀ ਨਪਿਤੁਲੀ ਬੜੀ ਮੈਚੁਰ ਗੁਫ਼ਤਗੋ ਕੀਤੀ ਹੈ ਔਰ ਦੱਸਿਆ ਕਿ ਭਾਈ ਜਿਹਨਾਂ ਦੇ ਕੋਲ ਆਪਣੀ ਪਹਿਲੀ ਨਹੀਂ ਉਹ ਕਿਸ ਤਰ੍ਹਾਂ ਕੰਮ ਕਰ ਸਕਦੇ ਨੇ ਉਹ ਠੇਕੇ ਤੇ ਲਾ ਕੇ ਠੇਕੇ ਤੇ ਲਾ ਕੇ ਕੰਮ ਕਰ ਮਤਲਬ ਮਾਲ ਰੱਖਣ ਠੀਕ ਸਹੀ ਹੋ ਗਿਆ ਅੱਛਾ ਤੇ ਅਜਰੇ ਜਾਨਵਰ ਤੁਹਾਡੇ ਕੋਲ ਨੇ ਦੇਸੀ گاਵਾ ਤੁਸਾਂ ਰੱਖੀਆਂ ਨੇ ਬੱਚੇ ਰੱਖੇ ਨੇ ਇਹਨਾਂ ਨੂੰ ਕੋਈ ਬਿਮਾਰੀ ਸ਼ਮਾਰੀ ਤਾਂ ਨਹੀਂ ਲੱਗਦੀ ਨਹੀਂ ਇਹਨਾਂ ਨੂੰ ਬਿਮਾਰੀ ਵੀ ਬਹੁਤ ਘੱਟ ਹੈ ਅੱਛਾ ਅਸੀਂ ਤਾਂ ਤਕਰੀਬਨ ਮਤਲਬ ਠੀਕ ਕਾਫੀ ਅਰਸੇ ਤੋਂ ਰੱਖਾ ਠੀਕ ਹੀ ਜਾ ਰਿਹਾ ਕੋਈ ਨਹੀਂ ਐਡੀ ਮਤਲਬ ਹੈ ਸਹੀ ਹੈ ਤੇ ਇਸ ਤੋਂ ਇਲਾਵਾ ਤੁਹਾਡਾ ਕੋਈ ਖਰਚ ਨਹੀਂ ਆਉਂਦਾ ਇਹਨਾਂ ਤੇ ਨਹੀਂ ਅਸੀਂ ਖਰਚ ਨੂੰ ਵੇਖੋ ਜੇ ਅਗਰ ਕੋਈ ਬੰਡਾ ਪਾ ਲੈਂਦਾ ਤਾਂ ਉਹ ਤਾਂ ਬਹੁਤ ਹੀ ਅੱਛਾ ਹੈ ਅਗਰ ਨਹੀਂ ਵੀ ਪੈਂਦਾ ਹੂੰ ਤੇ ਪੱਠਿਆਂ ਤੇ ਵੀ ਸਹੀ ਹੈ ਅੱਛਾ ਹੁਣ ਤੁਸੀਂ ਦੱਸਿਆ ਕਿ ਪਾਕਿਸਤਾਨ ਚ ਜ਼ਿਆਦਾ ਅਮਜਾ ਹਾਂਜੀ ਤੇ ਅਗਰ ਗਾਵਾਂ ਅਸੀਂ ਰੱਖ ਲੈਨੇ ਆਂ ਹਾਂਜੀ ਗਾਵਾਂ ਦਾ ਦੁੱਧ ਨਹੀਂ ਵਿਕਦਾ ਮਿਸਾਲ ਦੇ ਤੌਰ ਤੇ ਲੇਕਿਨ ਗਾਵਾਂ ਦਾ ਖਰਚ ਘਟ ਹੁੰਦਾ ਅਸੀਂ ਅਗਰ ਗਾਵਾਂ ਰੱਖ ਲੈਨੇ ਆਂ ਤੇ ਉਹਨਾਂ ਦਾ ਦੁੱਧ ਅਸੀਂ ਕਿਸ ਮੱਧ ਵਿੱਚ ਮਹਫੂਜ਼ ਕਰ ਸਕਨੇ ਆਂ ਉਹਦਾ ਹੀ ਮੱਖਣ ਬਣਾ ਲਈਏ ਘਿਓ ਬਣਾ ਲਈਏ ਉਂਝ ਕਰਕੇ ਵੀ گزارਾ ਹੋਈਗਾ ਜਾਂ ਨਹੀਂ ਹੋਏਗਾ ਅਸਲ 'ਚ ਨਾ ਮੱਖਣ ਬਣਾਓ ਜੋ ਵੀ ਬਣਾਓ ਨਾ ਇੱਥੇ ਇਹ ਘਿਓ ਹੀ ਪਸੰਦ ਕਰਨਗੇ ਤੇ ਮਜਦਾ ਕਰਨਗੇ ਲੋਕ ਸਹੀ ਹੈ ਮੱਖਣ ਜਿਹੜਾ ਨਾ ਉਹ ਵੀ ਪਸੰਦ ਕਰਨਗੇ ਤੇ ਮੱਜਾ ਕਰਨਗੇ ਸਹੀ ਹੋ ਗਿਆ ਠੀਕ ਹੈ ਜੀ ਉਦੋਂ ਨਾ ਵੇਤਰ ਇਹ ਵੀ ਜਿੰਨੇ ਕਾਰੋਬਾਰ ਕਰਨਾ ਹੈ ਫਾਇਦੇ ਲਈ ਹੂੰ ਉਹ ਜਾਂ ਤੇ ਮੱਜਾ ਰੱਖੇ ਹੂੰ ਦੁੱਧ ਦਾ ਕਾਰੋਬਾਰ ਕਰਨਾ ਤੇ ਮੱਜਾ ਰੱਖੇ ਹੂੰ ਥੋੜੀਆਂ ਇਹ ਗੋਸ਼ਤ ਦਾ ਕਰਨਾ ਤਾਂ ਫਿਰ ਗਾਵਾਂ ਰੱਖ ਲੈ ਗੋਸ਼ਤ ਦਾ ਕਰਨਾ ਤੇ ਗਾਵਾਂ ਰੱਖੇ ਸਹੀ ਹੈ ਤੇ ਅਗਰ ਮਤਲਬ ਤੁਸੀਂ ਦਾ ਸਿਆ ਕਿ ਉਹਦਾ ਕਿਸੇ ਵੀ ਮੱਧ ਵਿੱਚ ਦੁੱਧ ਜਿਹੜਾ ਵੇ ਉਹ ਵੈਲਕਮ ਨਹੀਂ ਹੁੰਦਾ ਉਹਨੂੰ ਪਸੰਦ ਨਹੀਂ ਕੀਤਾ ਜਾਂਦਾ। ਆ ਦੁੱਧ ਤੁਹਾਨੂੰ ਦੱਸਣਾ ਇਹਦਾ ਫਾਰਮ ਬਣਾਇਆ ਹੈ ਮੁੰਡਾ ਮੇਰਾ ਦੋਸਤ ਯੋਨੇ ਬਹੁਤ ਕੀਮਤੀ ਗਾਵਾਂ ਲਈਆਂ ਹਨ। ਉਹਨੇ ਬੜਾ ਮਤਲਬ ਕਿੰਨੇ ਕਿੰਨੇ ਦੀਆਂ? ਤਕਰੀਬਨ ਉਹਨੇ 2.5 ਤੋਂ 3-3 ਲੱਖ ਦੀਆਂ ਗਾਵਾਂ ਲਈ। ਸਹੀ ਹੈ। ਠੀਕ ਹੈ ਜੀ। ਕਿੰਨੀਆਂ ਗਾਵਾਂ ਲਈਆਂ? ਉਹਨੇ ਕੋਈ 50 ਤੋਂ ਗਾਵਾਂ ਲਈਆਂ ਹਜੇ। ਅੱਛਾ। ਕੋਈ 40-50 ਜਿਹੜੀਆਂ ਉਹਨੇ ਵਹਿੜੀਆਂ ਮਤਲਬ ਸਾਈਵਾਲ ਤੋਂ ਮਤਲਬ ਮੰਗਾਈਆਂ। ਹੂੰ। ਫਿਰ ਬੱਚੇ ਹੂੰ। ਹਰ ਲੇਲੇ ਉਹਨੇ ਤਾਂ ਬਹੁਤ ਵੱਡਾ ਫਾਰਮ ਬਣਾਇਆ ਮਤਲਬ ਉਹ 12 ਹੀ ਆਇਆ ਏ ਮੁੰਡਾ ਚੰਗੇ ਪਾਹੇ ਉਹਨੇ ਲਾ ਕੇ ਜਗਾ 2 ਕਿਲ ਲੈ ਕੇ ਉਹਨੇ ਮਿੱਟੀ ਸਟਾਕ ਉੱਚੀ ਕਰਕੇ ਚਾਰ ਦੋਰੀ ਕੱਢ ਕੇ ਬਰਾਂਡੇ ਬਣਾਏ ਬੰਦੇ ਜਿਹੜੇ ਚਾਰ ਪੰਜ ਉਹਨੇ ਨੌਕਾ ਰੱਖਣ ਦੀ ਰਾਇਸ਼ ਮਤਲਬ ਜ਼ਬਰਦਸਤ ਕਿਸਾਂ ਦੀ ਬਣਾਈ ਗਦਾਮ ਬਣਾਇਆ ਉਥੇ ਤੂੜੀ ਲਈ ਤੇ ਉਹ ਜਦੋਂ ਮਤਲਬ ਦੁੱਧ ਖੜਨਾਉਣਾ ਸ਼ੁਰੂ ਕੀਤਾ ਸ਼ਹਿਰ ਦੋ ਤਿੰਨ ਪਾਰਟੀਆਂ ਉਹਨੇ ਗੱਲ ਕੀਤੀ ਉਹ ਮਤਲਬ ਕੋਈ 8-10 ਦਿਨ ਮਤਲਬ ਪਾਰਟੀ ਲੈਂਦੀ ਦੁੱਧ ਅ ਨਹੀਂ ਲੈਂਦੇ ਆਂਦੇ ਜੇ ਨਹੀਂ ਲੱਗਦਾ ਸਾਡਾ ਹੂੰ ਖਾਲਸ ਵੀ ਨਹੀਂ ਲੱਗਦਾ ਆ ਫਿਰ ਉਹਨੇ ਮਤਲ ਜਿਹੜਾ ਨਾ ਇਸ ਤਰ੍ਹਾਂ ਜਿਹੜਾ ਨਾ ਨੁਕਸਾਨ ਕਰਕੇ ਹੂੰ ਖਤਮ ਕੀਤਾ ਫਾਰਮ ਤੇ ਮੈਂ ਤੇ ਆਨਾ ਸਭ ਤੋਂ ਬਿਹਤਰ ਹੈ ਭਾਈ ਜਾਂ ਮੱਝਾਂ ਪਾਓ ਦੁੱਧ ਦੁੱਧ ਵਾਲਾ ਅਗਰ ਕਾਰੋਬਾਰ ਕਰਨਾ ਤੇ ਜਿੰਨੀਆਂ ਮੱਝਾਂ ਵਧਾ ਲੋਗੇ ਉਹਨਾਂ ਹੀ ਤੁਹਾਡਾ ਕਾਰੋਬਾਰ ਵਧ ਜਾਏਗਾ ਦੁੱਧ ਦੀ ਤੇ ਮਤਲਬ ਬਹੁਤ ਮੰਗ ਹੈ ਕੁਝ ਲੋਕ ਕਹਿੰਦੇ ਨੇ ਕਿ گاਵਾں ਸੀ ਐਸ ਵਸ ਰੱਖਨੇ ਆ ਕਿ ਮੱਝਾਂ ਦੀ ਐਵਰੇਜ ਪੂਰੀ ਹੁੰਦੀ ਹੈ ਮਿਸਾਲ ਤੌਰ ਤੇ ਮੱਝ ਤੋਂ ਦੁੱਧ ਘਟਾਈ ਜਾਂਦੀ ਹੈ ਗਾਵਾਂ ਮੱਜਾਂ ਨਾਲ ਬਹੁਤਾ ਦੁੱਧ ਦਿੰਦੀਆਂ ਨੇ ਤੇ ਉਹ ਗੋਕਾ ਮਾਲ ਵਿੱਚ ਪਾ ਕੇ ਤੇ ਸੀ ਆਪਣੀ ਐਵਰੇਜ ਪੂਰੀ ਕਰ ਲੈਣੇ ਆ ਹੁਣ ਤੁਸੀਂ ਸਾਨੂੰ ਅੰਦਾਜ਼ਨ ਦੱਸੋ ਕਿ ਕਿੰਨੀਆਂ ਮੱਜਾਂ ਦੇ ਵਿੱਚ ਕਿੰਨੀਆਂ ਗਾਵਾਂ ਰੱਖੀਏ ਤਾਂ ਕੰਮ ਚੱਲ ਜਾਂਦਾ ਕਾ ਵੇਖੋ ਜੀ ਹੁਣ ਜਿਹੜਾ ਮੌਸਮ ਹੈ ਨਾ ਜੀ ਇਹ ਮੌਸਮ ਹੈ ਗਰਮੀ ਦੇ ਮੌਸਮ ਵਿੱਚ ਜੀ ਦੁੱਧ ਦੀ ਜ਼ਿਆਦਾ ਮਤਲਬ ਜ਼ਰੂਰਤ ਹੈ ਬਿਲਕੁਲ ਸਹੀ ਹੈ ਲਸੀ ਦੁੱਧ ਦਹੀਂ ਲਈ ਦੁੱਧ ਘੱਟ ਮਤਲਬ ਮਿਲਦਾ ਸਹੀ ਹੈ ਹੁਣ ਤੇ گاਵਾ ਦਾ ਮਤਲਬ ਜਿਹੜਾ ਨਾ ਚੱਲ ਜਾਂਦਾ ਜਦੋਂ ਉਹਦੀਆਂ ਨਾ ਸਰਦੀਆਂ ਹਾਂਜੀ ਉਦੋਂ گاਵਾ ਦਾ ਨਹੀਂ ਚੱਲਦਾ ਠੀਕ ਹੋ ਗਿਆ ਹੁਣ ਤਕਰੀਬਨ ਚੱਲ ਜਾਂਦਾ ਠੀਕ ਹੋ ਗਿਆ ਠੀਕ ਹੈ ਜੀ ਜਦੋਂ ਮਤਲਬ ਗਰਮੀ ਆ ਸਰਦੀ ਆ ਜਾਂਦੀ ਹੈ ਹੂੰ ਫੇਰ ਮੱਝ ਦਾ ਮਤਲਬ ਹੈ ਚੱਲਦਾ گاਵਾ ਦਾ ਬਹੁਤ ਘੱਟ ਚੱਲਦਾ ਇੱਕ ਅਕਸਰ ਨੁਕਤਾ ਉਠਾਉਂਦੇ ਨੇ ਦੀ ਇਹਦਾ ਦੁੱਧ ਤੇ ਇਹਦੀ ਲੱਸੀ ਔਰ ਇਹਦਾ ਮੱਖਣ ਪੀ ਲੈ ਤੇ ਅਗਰ ਉਹਨੂੰ ਗਾਈ ਦੇ ਦੁੱਧ ਨੂੰ ਚਟਾ ਕਰ ਲਿਆ ਜਾਏ ਫੇਰ ਵੀ ਨਹੀਂ ਵੇਖਦਾ ਚਿੱਟਾ ਹੀ ਕਰ ਲਿਆ ਜਾਇਆ ਨਾ ਫੇਰ ਵੀ ਨਹੀਂ ਵਿਖਦਾ ਸਹੀ ਹੈ ਵਿਖਦਾ ਹੋਇਆ ਉਸਨੇ ਗਾਂ ਦਾ ਦੁੱਧ ਹੁੰਦਾ ਪਤਲਾ ਅੱਛਾ ਮੱਝ ਦਾ ਦੁੱਧ ਹੁੰਦਾ ਸੰਘਣਾ ਤੇ ਗਾਂ ਦੇ ਦੁੱਧ ਨੂੰ ਕੋਈ ਗਾੜਾ ਕਰਨ ਦੀ ਟੈਕਨੀਕ ਹੈ ਗਾੜਾ ਕਰਨ ਦੀ ਜਿਹੜਾ ਦੁੱਧ ਖੜਦੇ ਨੇ ਉਹ ਕਰਦੇ ਨੇ ਵਿੱਚ ਕੁਝ ਪਾ ਕੇ ਸੰਘਣਾ ਕਰਕੇ ਉਹਦੇ ਮਤਲਬ ਵਿੱਚ ਲਾਂਦੇ ਨੇ ਪਈ ਉਹ ਮਿਲਾਵਟ ਹੀ ਹੋ ਜਾਂਦੀ ਹੈ ਨਹੀਂ ਮੈਂ ਤਾਂ ਮੇਰਾ ਸਵਾਲ ਹਥ ਮੇਰਾ ਸਵਾਲ ਹਥ ਇਹ ਕਿ ਅਗਰ 10 ਮੱਜਾਂ ਰੱਖੀਆਂ ਨੇ ਤੇ ਵਿੱਚ ਕਿੰਨੀਆਂ ਗਾਵਾਂ ਹੋਣੀਆਂ ਚਾਹੀਦੀਆਂ ਨੇ 10 ਮੱਜਾਂ ਨੇ ਹੁੰਦੇ ਮਤਲਬ 7-8 ਗਾਵਾਂ ਵਿੱਚ ਹੁਣ ਤਾਂ ਚੱਲ ਜਾਂਦਾ ਹੈ ਮਤਲਬ ਗਰਮੀ ਦੇ ਮੌਸਮਾਂ ਯਾਨੀ ਜ਼ਿਆਦਾ ਜ਼ਿਆਦਾ 7-8 ਹੁਣ ਹੋਰ ਘੱਟ ਤੋਂ ਘੱਟ ਤੇ ਸਰਦੀ ਦੇ ਵਿੱਚ ਜਿਹੜਾ ਨਾ ਸਰਦੀ ਦੇ ਵਿੱਚ 2-3 ਹੀ ਮਤਲਬ ਚੱਲਦੀਆਂ ਨੇ ਗਾਵਾਂ ਦਾ ਦੁੱਧ ਨਹੀਂ ਲੋਕ ਪਸੰਦ ਕਰਦੇ ਤੇ ਫਿਰ ਲੋਕ ਤੁਹਾਡੀ ਗੱਲ ਤੋਂ ਅਸੀਂ ਇਹ ਅੰਦਾਜ਼ਾ ਕਰਨੇ ਆ ਕਿ ਅਗਰ ਮੱਜਾਂ ਦੇ ਨਾਲ ਗਾਵਾਂ ਰੱਖਣੀਆਂ ਨੇ ਤੇ ਦਸਾਂ ਮੱਜਾਂ ਦੇ ਨਾਲ ਤਿੰਨ ਗਾਵਾਂ ਤੁਸੀਂ ਰੱਖ ਲਓ ਤਾ ਅਗੇ ਪੂਰਾ ਸੀਜ਼ਨ ਤੁਹਾਡਾ ਸਰਦੀਆਂ ਗਰਮੀਆਂ ਚੱਲ ਜਾਣ ਚੰਗੀਆਂ ਗਾਵਾਂ ਜਿਹੜੀਆਂ ਨੇ ਵੇਖੋ ਜੀ ਮਣਮਣ ਦੁੱਧ ਦੇ ਹੜਦੀਆਂ ਨੇ ਬਿਲਕੁਲ ਐਂਜੀ ਗੱਲ ਹੈ ਹਾਂਜੀ ਤੇ ਉਹ ਮਤਲਬ 2-3 ਹੁਣ ਤੇ ਮਤਲਬ ਮਜਾ 8 10 ਹੋਣ ਤੇ ਵਿੱਚੋ ਮਤਲਬ 2 3 ਮਣੋਂ گاਵਾ ਦਾ ਵੀ ਤੁਰਜੇ ਹੂੰ ਤੇ ਪਿਆ ਚਲਦਾ ਉਹ ਪਿਆ ਚਲਦਾ ਕੰਮ ਤੇ ਜੇ ਰੱਖੀਆਂ ਹੀ گاਵਾ ਹੁਣ ਦੁੱਧ 10 ਮਣ ਜਾਇ ਤੇ گاਵਾ ਦਾ ਜਾਏ ਤਾਂ ਫੇਰ ਨਹੀਂ ਵੇਖਦਾ ਫੇਰ ਨਹੀਂ ਵੇਖਦਾ ਤੇ ਪੀਲਾ ਦੁੱਧ ਤੁਸੀਂ ਦੱਸਦੇ ਹੋ ਕਿ ਜਿਹੜੀ ਵਲੈਤੀ گاਵਾ ਹੁੰਦੀਆਂ ਨੇ ਉਹਨਾਂ ਦਾ ਪੀਲਾ ਹੁੰਦਾ ਹੈ ਦੇਸੀ گاਵਾ ਦਾ ਜ਼ਿਆਦਾ ਚਟਾ ਹੁੰਦਾ ਹੈ ਹੋਏ ਨਾ ਤਾਂ ਕਰੇ ਬੰਟੇ ਤੇ ਅਗਰ ਕਿਸੇ ਤੁਹਾਡੇ ਕੋਲ ਐਸਾ ਫਾਰਮੂਲਾ ਹੈ ਕਿ ਅਗਰ ਦੁੱਧ ਨੂੰ ਪੀਲੇ ਨੂੰ ਚਟਾ ਕਿਸਨਾ ਕਰੀਏ ਕਿਹੜਾ ਕੋਈ ਵੰਡਾ ਪਾਈਏ ਇਹ ਕਿਹੜੀ ਕੋ ਸ਼ੈਪ ਆਈਏ ਕਿ ਦੁੱਧ ਜਿਹੜਾ ਮੈਨੂੰ ਦਾ ਵੀ ਸਾਫ ਆਣਾ ਸ਼ੁਰੂ ਹੋਈਏ ਐਸੀ ਦੇਖੋ ਜੀ ਬੰਡਾ ਪਾਉਂਦੇ ਹੀ ਨਹੀਂ ਜੀ ਕਿਉਂ ਅਸੀਂ ਦੁੱਧ ਨਹੀਂ ਮਤਲਬ ਇਹਨਾਂ ਵੇਚਦੇ ਤਾਂ ਬੰਡਾ ਵੀ ਨਹੀਂ ਪਾਉਂਦੇ ਉਂਝ ਤੁਹਾਡੀਆਂ ਗਾਵਾਂ ਦਾ ਦੁੱਧ ਚਟਾ ਹੁੰਦਾ ਆ ਦੁੱਧ ਚਟਾ ਐ ਜਿਹੜੀਆਂ ਦੇਸੀ ਨੇ ਸਾਈ ਵਾਲੀਆਂ ਇਹਨਾਂ ਦਾ ਚਟਾ ਹੈ ਹਾਂਜੀ ਤੇ ਇਸ ਗੱਲ ਦਾ ਇਹ ਜਵਾਬ ਹੋਇਆ ਕਿ ਅਗਰ ਕਿਸੇ ਨੇ ਚਟਾ ਦੁੱਧ ਲੈਣਾ ਤੇ ਫਿਰ ਉਹ ਪਾਕਿਸਤਾਨੀ ਦੇਸੀ ਗਾਵਾਂ ਰੱਖੇ ਸਾਈ ਵਾਲ ਨਾਲ ਸਰ ਸਾਈ ਵਾਲ ਨਾਲ ਸਰ ਉਹ ਬੜਾ ਦਿੰਦੀਆਂ ਨੇ ਵੀ ਮਤਲਬ ਸਾਂਭੋ ਤੇ ਵੀ ਮਣਮਣ ਉਹਦੇ ਦੁੱਧ ਤੇ ਫਿਰ ਸਾਂਭਦੇ ਆ ਗਿਆ ਨਾ ਸਹੀ ਹੈ ਬਹੁਤ ਸ਼ੁਕਰੀਆ ਜਜਵਾਰ ਸਾਹਿਬ ਤੁਹਾਨੂੰ ਬੜੀ ਕੀਮਤੀ ਗੱਲਬਾਤ ਸੁਣਾਈ ਅਰੀ ਅਸਲਾਮੁਅਲੈਕੁਮ ਜਜ਼ਾਕੱਲਾ